ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਸਿੱਖਾਂ ਦੇ ਦੂਜੇ ਗੁਰੂ ਸਨ, ਜਿਨ੍ਹਾਂ ਨੇ 1539 ਈਸਵੀ ਤੋਂ ਲੈ ਕੇ 1552 ਈਸਵੀ ਤੱਕ ਸਿੱਖ ਪੰਥ ਦੀ ਅਗਵਾਈ ਕੀਤੀ। ਜਿਸ ਸਮੇਂ ਭਾਰਤ ਉੱਪਰ ਮੁਗਲ ਬਾਦਸ਼ਾਹ ਹਮਾਯੂੰ ਦੀ ਹਕੂਮਤ ਸੀ, ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਕਾਲ ਦੇ ਦੌਰਾਨ ਭਾਰਤ ਵਿੱਚ ਰਾਜਨੀਤਿਕ ਦ੍ਰਿਸ਼ਟੀ ਤੋਂ ਅਰਾਜਕਤਾ ਦਾ ਦੌਰ ਸੀ। ਇਸ ਲਈ ਸਿੱਖ ਧਰਮ ਦੇ ਨਿਕਾਸ ਵਿਕਾਸ ਦੇ ਸੰਗਠਨ ਲਈ ਉਹਨਾਂ ਦਾ ਗੁਰਿਆਈ ਕਾਲ ਬੜੀ ਅਹਿਮੀਅਤ ਰੱਖਦਾ ਸੀ। ਉਹਨਾਂ ਦੇ ਗੁਰੂ ਕਾਲ ਵਿੱਚ ਸਿੱਖ ਧਰਮ ਦਾ ਨਵਾਂ ਨਵਾਂ ਜਨਮ ਹੋਇਆ ਸੀ, ਜਿਸ ਦੀ ਨੀਂਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਇਸ ਜ਼ਿੰਮੇਵਾਰੀ ਨੂੰ ਬੜੀ ਬੇਖੂਬੀ ਨਾਲ ਨਿਭਾਉਂਦਿਆਂ ਸਿੱਖ ਧਰਮ ਨੂੰ ਮਜ਼ਬੂਤ ਕੀਤਾ। ਸ਼੍ਰੀ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਦਾ ਦੂਜਾ ਨਾਮ ਭਾਈ ਲਹਿਣਾ ਸੀ, ਇਹਨਾਂ ਦਾ ਬਚਪਨ ਬੜੇ ਚਾਵਾਂ ਮਲਾਰਾਂ ਅਤੇ ਉੱਤਮ ਪਾਲਣ ਪੋਸ਼ਣ ਨਾਲ ਬੀਤਿਆ। ਇਹਨਾਂ ਦੀ ਪੜ੍ਹਾਈ 'ਤੇ ਫਾਰਸੀ ਸਿੱਖਣ ਦਾ ਯੋਗ ਪ੍ਰਬੰਧ ਕੀਤਾ ਗਿਆ। ਆਪ ਚੌਧਰੀ ਤਖਤ ਕੋਲ ਮੁਨਸ਼ੀ ਦਾ ਕੰਮ ਕਰਨ ਲੱਗ ਪਏ। ਕਿਸੇ ਕਾਰਨ ਜਦ ਬਾਬਾ ਫੇਰੂ ਮੱਲ ਅਤੇ ਚੌਧਰੀ ਤਖਤ ਮੱਲ ਦਾ ਆਪਸੀ ਮਤਭੇਦ ਹੋ ਗਿਆ, ਤਾਂ ਆਪ ਆਪਣੇ ਸਹੁਰੇ ਪਰਿਵਾਰ ਪਿੰਡ ਸੰਗਰ ਵਿੱਚ ਚਲੇ ਗਏ ਅਤੇ ਕੁਝ ਦੇਰ ਉੱਥੇ ਹੀ ਰਹੇ। ਇੱਥੇ ਆਪ ਜੀ ਦੇ ਦੋ ਸਪੁੱਤਰ ਭਾਈ ਦਾਤੂ ਜੀ ਅਤੇ ਭਾਈ ਦਾਸੂ ਜੀ ਅਤੇ ਦੋ ਧੀਆਂ ਬੀਬੀ ਅਨੋਖੀ ਜੀ ਅਤੇ ਬੀਬੀ ਅਮਰੋ ਜੀ ਹੋਏ। ਸ਼੍ਰੀ ਗੁਰੂ ਅੰਗਦ ਦੇਵ ਜੀ ਅਤੇ ਮਾਤਾ ਖੀਵੀ ਜੀ ਦੀ ਸ਼ਖਸੀਅਤ ਦਾ ਦੋਨੋਂ ਬੱਚਿਆਂ 'ਤੇ ਗਹਿਰਾ ਪ੍ਰਭਾਵ ਪਿਆ। ਇਹ ਬੀਬੀ ਅਮਰੋ ਜੀ ਹੀ ਸਨ ਜਿਨ੍ਹਾਂ ਦੇ ਮੁੱਖ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣ ਕੇ ਸ਼੍ਰੀ ਗੁਰੂ ਅਮਰਦਾਸ ਜੀ ਗੁਰੂ ਘਰ ਦੇ ਸੇਵਾ ਕਰਦੇ ਕਰਦੇ ਗੁਰੂ ਪਦਵੀ ਤੱਕ ਪਹੁੰਚ ਗਏ। ਇਹ ਪਰਿਵਾਰ ਦੇਵੀ ਦੁਰਗਾ ਦਾ ਭਗਤ ਸੀ ਅਤੇ ਹਰ ਸਾਲ ਬਾਬਾ ਫੇਰੂ ਮੱਲ ਜੀ ਜਥਿਆਂ ਨੂੰ ਦੇਵੀ ਦਰਸ਼ਨ ਕਰਾਉਣ ਲਈ ਲਿਜਾਇਆ ਕਰਦੇ ਸਨ। ਬਾਬਾ ਫੇਰੂ ਮੱਲ ਜੀ ਦੀ ਚੜ੍ਹਾਈ ਤੋਂ ਬਾਅਦ ਦੇਵੀ ਯਾਤਰਾ ਦੀ ਅਗਵਾਈ ਦਾ ਕੰਮ ਭਾਈ ਲਹਿਣਾ ਜੀ ਦੇ ਜਿੰਮੇ ਲੱਗ ਗਿਆ। ਉਹ ਹਰ ਸਾਲ ਨਿਰੰਤਰ ਯਾਤਰਾ 'ਤੇ ਜਾਂਦੇ ਰਹੇ। ਇੱਕ ਵਾਰੀ ਭਾਈ ਜੋਧਾ, ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਸਨ, ਉਹਨਾਂ ਪਾਸੋਂ ਗੁਰੂ ਸਾਹਿਬ ਜੀ ਦੀ ਬਾਣੀ, ਜੋ ਆਪਣੀ ਬੋਲੀ ਵਿੱਚ ਬੜੀ ਪਿਆਰ ਭਰੀ ਅਤੇ ਮਿੱਠੀ ਸੁਰ ਵਿੱਚ ਗਾ ਰਹੇ ਸਨ, ਉਹ ਸੁਣੀ ਤਾਂ ਬਹੁਤ ਪ੍ਰਭਾਵਿਤ ਹੋਏ। ਜਿਤ ਸੇਵੀਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ, ਸਾਹ ਘਾਲ ਬੁਰੀ ਕਿਉਂ ਘਾਲੀਐ। ਭਾਈ ਜੋਧਾ ਜੀ ਕੋਲੋਂ ਪੁੱਛਣ 'ਤੇ ਪਤਾ ਲੱਗਿਆ ਕਿ ਇਹ ਬਾਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੈ। ਬਸ ਫਿਰ ਕੀ ਸੀ, ਉਹਨਾਂ ਦੇ ਦਰਸ਼ਨਾਂ ਦੀ ਤਾਂਘ ਲੱਗ ਗਈ। ਇਸ ਵਕਤ ਗੁਰੂ ਨਾਨਕ ਦੇਵ ਜੀ ਆਪਣੀਆਂ ਚਾਰ ਉਦਾਸੀਆਂ ਦੇਸ਼ ਵਿਦੇਸ਼ ਦੀਆਂ ਲੰਮੀਆਂ ਯਾਤਰਾਵਾਂ ਕਰਨ ਤੋਂ ਬਾਅਦ ਸ਼੍ਰੀ ਕਰਤਾਰਪੁਰ ਸਾਹਿਬ ਵੱਸ ਗਏ ਸਨ ਅਤੇ ਇੱਥੇ ਹੀ ਆਪਣੀ ਗ੍ਰਿਸਤੀ ਜ਼ਿੰਮੇਵਾਰੀਆਂ ਦੇ ਨਾਲ ਨਾਲ ਸਿੱਖੀ ਪ੍ਰਚਾਰ ਪ੍ਰਸਾਰ ਅਤੇ ਲੋਕ ਸੇਵਾ ਕਰ ਰਹੇ ਸਨ। ਹਰ ਸਾਲ ਦੀ ਤਰ੍ਹਾਂ ਦੇਵੀ ਦਰਸ਼ਨ ਲਈ ਸੰਗ ਤਿਆਰ ਹੋ ਰਿਹਾ ਸੀ। ਭਾਈ ਲਹਿਣਾ ਜੀ ਦੀ ਅਗਵਾਈ ਹੇਠ ਚੱਲ ਪਿਆ, ਪਰ ਇਸ ਵਾਰ ਉਹਨਾਂ ਦਾ ਚਿੱਤ ਕਿਤੇ ਹੋਰ ਸੀ। ਜਦ ਕਰਤਾਰਪੁਰ ਪਹੁੰਚੇ ਤਾਂ ਜੱਥੇ ਨਾਲੋਂ ਨਿਖੜ ਕੇ ਇੱਕ ਸਿੰਘ ਕੋਲੋਂ ਪੁੱਛਦੇ ਹਨ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਹਨ, ਪਤਾ ਦੱਸ ਸਕਦੇ ਹੋ? ਉਹਨਾਂ ਨੇ ਘੋੜੇ ਦੀ ਲਗਾਮ ਪਕੜ ਲਈ ਅਤੇ ਕਿਹਾ, ਮੇਰੇ ਪਿੱਛੇ ਪਿੱਛੇ ਤੁਰ ਪਵੋ, ਮੈਂ ਤੁਹਾਨੂੰ ਉਹਨਾਂ ਕੋਲ ਲੈ ਚੱਲਦਾ ਹਾਂ। ਜਦ ਧਰਮਸਾਲ ਪਹੁੰਚੇ ਤਾਂ ਕਿਹਾ, ਘੋੜਾ ਇੱਥੇ ਬੰਨ ਦਿਓ। ਆਪ ਉਹ ਦੂਸਰੇ ਦਰਵਾਜ਼ੇ ਤੋਂ ਅੰਦਰ ਆ ਗਏ। ਭਾਈ ਲਹਿਣਾ ਜੀ ਨੇ ਮੱਥਾ ਟੇਕਿਆ, ਜਦੋਂ ਸਿਰ ਚੁੱਕ ਕੇ ਵੇਖਿਆ ਤਾਂ ਸਾਹਮਣੇ ਉਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਬੈਠੇ ਸਨ
ਜੋ ਉਹਨਾਂ ਦੀ ਲਗਾਮ ਪਕੜ ਕੇ ਇੱਥੋਂ ਤੱਕ ਲੈ ਕੇ ਆਏ ਸਨ। ਪੈਰ ਹੀ ਢਹਿ ਪਏ, ਮਾਫ਼ੀ ਮੰਗੀ ਕਿ ਮੈਂ ਘੋੜੇ ਤੇ ਤੁਸੀਂ ਪੈਦਲ। ਗੁਰੂ ਸਾਹਿਬ ਜੀ ਨੇ ਪਿਆਰ ਕੀਤਾ, ਨਾਂ ਪੁੱਛਿਆ, ਭਾਈ ਲਹਿਣਾ, ਫਿਰ ਤਾਂ ਮਾਫ਼ੀ ਦੀ ਕੋਈ ਗੱਲ ਹੀ ਨਹੀਂ, ਤੁਸੀਂ ਲਹਿਣਾ ਅਤੇ ਅਸੀਂ ਦੇਣਾ। ਲੈਣ ਵਾਸਤੇ ਹਮੇਸ਼ਾ ਘੋੜੇ 'ਤੇ ਸਵਾਰ ਹੁੰਦੇ ਹਨ ਅਤੇ ਦੇਣਦਾਰ ਪੈਦਲ। ਇਹ ਸੁਣ ਕੇ ਭਾਈ ਲਹਿਣਾ ਜੀ ਕੁਝ ਬੋਲ ਨਾ ਸਕੇ, ਅੱਖਾਂ ਵਿੱਚੋਂ ਅਥਰੂ ਆ ਗਏ। ਕੋਈ ਅਜਿਹੀ ਅਗੰਮੀ ਖਿੱਚ ਅੰਦਰੋਂ ਪਈ ਕਿ ਦੇਵੀ ਦਰਸ਼ਨ ਤਾਂ ਭੁੱਲ ਹੀ ਗਏ। ਘਰ ਸੁਨੇਹਾ ਭੇਜ ਦਿੱਤਾ ਕਿ ਮੇਰੀ ਉਡੀਕ ਨਾ ਕਰਨਾ, ਬਸ ਫਿਰ ਕੀ ਸੀ। ਉਹ ਗੁਰੂ ਜੋਗੇ ਰਹਿ ਗਏ ਅਤੇ ਕਦੀ ਨਿਖੜ ਨਾ ਸਕੇ। ਪਤਾ ਲੱਗਣ 'ਤੇ ਮਾਤਾ ਖੀਵੀ ਜੀ ਬੇਬੇ ਵਿਰਾਈ ਜੀ ਕੋਲ ਗਏ। ਮਨ ਵਿੱਚ ਤੋਖਲਾ ਸੀ ਕਿ ਵਪਾਰ ਨੂੰ ਕੌਣ ਸੰਭਾਲੇਗਾ, ਬੱਚਿਆਂ ਨੂੰ ਕੌਣ ਪੜ੍ਹਾਏਗਾ। ਮਾਤਾ ਵਿਰਾਈ ਨੇ ਦਿਲਾਸਾ ਦਿੱਤਾ ਕਿ ਨੇਕੀ ਦੇ ਘਰ ਗਿਆ ਹੈ, ਨੇਕ ਬਣ ਕੇ ਹੀ ਆਵੇਗਾ। ਇੱਥੇ ਕਰਤਾਰਪੁਰ ਸੰਗਤਾਂ ਜੁੜਦੀਆਂ, ਸਤ ਸੰਗਤ ਹੁੰਦਾ, ਹੱਥੀਂ ਕਿਰਤ ਕਰਨੀ, ਵੰਡ ਕੇ ਛਕਣਾ ਅਤੇ ਸਿਮਰਨ ਕਰਨਾ। ਗੁਰੂ ਸਾਹਿਬ ਜੀ ਆਪ ਖੇਤੀ ਦਾ ਕੰਮ ਕਰਦੇ ਸਨ, ਲੰਗਰ ਲਗਾਉਂਦੇ ਸਨ ਅਤੇ ਦਿਨ ਰਾਤ ਸਿਮਰਨ ਦਾ ਪ੍ਰਵਾਹ ਚੱਲਦਾ ਰਹਿੰਦਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਜ਼ਮੀਨ ਖਰੀਦ ਕੇ ਆਪ ਖੇਤੀਬਾੜੀ ਦਾ ਕੰਮ ਸ਼ੁਰੂ ਕਰ ਦਿੱਤਾ। ਕੁਝ ਚਿਰ ਮਗਰੋਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਆਪਣਾ ਪਰਿਵਾਰ, ਆਪਣਾ ਕੰਮ ਕਾਜ ਦੇਖਣ ਨੂੰ ਸ਼੍ਰੀ ਖਡੂਰ ਸਾਹਿਬ ਭੇਜ ਦਿੱਤਾ, ਪਰ ਉੱਥੇ ਉਹਨਾਂ ਦਾ ਚਿੱਤ ਨਹੀਂ ਲੱਗਾ। ਆਪਣੇ ਪਰਿਵਾਰ ਨੂੰ ਘਰ ਬਾਰ ਦੀ ਜ਼ਿੰਮੇਵਾਰੀ ਸੌਂਪ ਕੇ ਮੁੜ ਵਾਪਸ ਕਰਤਾਰਪੁਰ ਆ ਗਏ। ਜਦੋਂ ਕਰਤਾਰਪੁਰ ਪੁੱਜੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਖੇਤਾਂ ਵਿੱਚ ਕੰਮ ਕਰ ਰਹੇ ਸਨ। ਜਾ ਕੇ ਮੱਥਾ ਟੇਕਿਆ ਅਤੇ ਕੰਮ ਵਿੱਚ ਹੱਥ ਵਟਾਉਣ ਲੱਗੇ। ਸ਼ਾਮ ਨੂੰ ਦੋ ਪੰਡਾਂ ਘਾਹ ਦੀਆਂ ਤਿਆਰ ਹੋ ਗਈਆਂ। ਇੱਕ ਪੰਡ ਭਾਈ ਲਹਿਣਾ ਜੀ ਨੂੰ ਚੁਕਵਾ ਦਿੱਤੀ ਅਤੇ ਦੂਸਰੀ ਆਪ ਚੁੱਕ ਲਈ। ਭਾਈ ਲਹਿਣਾ ਜੀ ਦੇ ਰੇਸ਼ਮੀ ਕੱਪੜੇ ਸਾਰੇ ਚਿੱਕੜ ਨਾਲ ਲੱਭੋ ਲੱਭ ਭਰ ਗਏ। ਜਦ ਮਾਤਾ ਸੁਲੱਖਣੀ ਨੇ ਵੇਖਿਆ ਤਾਂ ਕਿਹਾ, ਆਪ ਤਾਂ ਤੁਸੀਂ ਚੁੱਕੀ, ਪਰ ਇਹਨਾਂ ਨੂੰ ਚਿੱਕੜ ਨਾਲ ਭਰੀ ਪੰਡ ਕਿਉਂ ਚੁਕਵਾ ਦਿੱਤੀ? ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਵੱਲ ਵੇਖ ਕੇ ਹੱਸ ਪਏ ਅਤੇ ਫੁਰਮਾਨ ਕੀਤਾ, ਸੁਲੱਖਣੀ ਜੀ, ਇਹਨਾਂ ਦੇ ਸਿਰ 'ਤੇ ਘਾਹ ਦੀ ਪੰਡ ਨਹੀਂ, ਇਹ ਤਾਂ ਦੀਨ ਦੁਨੀਆ ਦਾ ਛਤਰ ਹੈ, ਇਹ ਚਿੱਕੜ ਨਹੀਂ ਕੇਸਰ ਦੇ ਛਿੱਟੇ ਹਨ। ਪਰਮਾਤਮਾ ਨੇ ਆਪ ਇਹਨਾਂ ਨੂੰ ਇਹ ਜ਼ਿੰਮੇਵਾਰੀ ਸੰਭਾਲਣ ਲਈ ਚੁਣਿਆ ਹੈ। ਭਾਈ ਲਹਿਣਾ ਜੀ ਨੇ ਇਸ ਹੁਕਮ ਨੂੰ ਪ੍ਰਵਾਨ ਕੀਤਾ, ਬਸ ਫਿਰ ਕੀ ਸੀ। ਉਹ ਗੁਰੂ ਨਾਨਕ ਸਾਹਿਬ ਨਾਲ ਸੇਵਾ ਕਰਨ ਵਿੱਚ ਜੁੱਟ ਪਏ। ਉਹ ਹਰ ਕੰਮ ਬੜੀ ਸ਼ਰਧਾ ਅਤੇ ਪਿਆਰ ਨਾਲ ਕਰਦੇ ਅਤੇ ਹਮੇਸ਼ਾ ਅਗਲੇ ਹੁਕਮ ਲਈ ਤਿਆਰ ਬਰ ਤਿਆਰ ਰਹਿੰਦੇ। ਉਹਨਾਂ ਨੇ ਤਕਰੀਬਨ 7 ਵਰ੍ਹੇ ਗੁਰੂ ਨਾਨਕ ਸਾਹਿਬ ਜੀ ਦੀ ਬੜੇ ਪ੍ਰੇਮ ਅਤੇ ਸਿਦਕ ਨਾਲ ਅਣਥੱਕ ਸੇਵਾ ਕੀਤੀ ਅਤੇ ਕਰੜੀ ਘਾਲ ਕਮਾਈ। ਸਾਰਾ ਦਿਨ ਸੰਗਤਾਂ ਦੀ ਸੇਵਾ, ਖੇਤੀਬਾੜੀ ਦਾ ਕੰਮ ਕਰਦੇ ਅਤੇ ਗੁਰੂ ਸਾਹਿਬ ਜੀ ਦੇ ਹਰ ਅਗਲੇ ਹੁਕਮ ਦੀ ਬਿਨਾਂ ਕਿਸੇ ਕਿੰਤੂ ਪਰੰਤੂ ਤੋਂ ਤਿਆਰ ਬਰ ਤਿਆਰ ਰਹਿੰਦੇ। ਦਿਨ ਰਾਤ ਤਨ ਮਨ ਸ਼ਰਧਾ ਅਤੇ ਪ੍ਰੇਮ ਨਾਲ ਸੇਵਾ ਕਰਦੇ ਕਰਦੇ ਗੁਰੂ ਵਿੱਚ ਅਭੇਦ ਹੋ ਗਏ ਅਤੇ ਗੁਰੂ ਜੀ ਦਾ ਹੀ ਅੰਗ ਬਣ ਗਏ। ਗੁਰੂ ਅੰਗਦ ਦੇਵ ਜੀ ਸ਼ੁਰੂ ਤੋਂ ਹੀ ਮਿੱਠਾ ਬੋਲਣ ਦੇ ਨਾਲ ਨਾਲ ਹਲੀਮੀ, ਸਿਆਣਪ ਅਤੇ ਖੁੱਲ੍ਹ ਦਿੱਲੀ ਦੇ ਭੰਡਾਰ ਸਨ। ਸ਼੍ਰੀ ਗੁਰੂ ਅੰਗਦ ਦੇਵ ਜੀ ਦਰਬਾਰ ਲਗਾਉਂਦੇ, ਸਵੇਰੇ ਅੰਮ੍ਰਿਤ ਵੇਲੇ ਗੁਰਬਾਣੀ ਦਾ ਪਾਠ ਹੁੰਦਾ, ਕੀਰਤਨ ਹੁੰਦੇ, ਗੁਰਬਾਣੀ ਅਤੇ ਗੁਰੂ ਉਪਦੇਸ਼ਾਂ ਦੀ ਵਿਆਖਿਆ ਦੁਆਰਾ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਸਾਹਿਬ ਉਹਨਾਂ ਦੀ ਬਾਣੀ ਅਤੇ ਉਹਨਾਂ ਦੇ ਉਪਦੇਸ਼ਾਂ ਨਾਲ ਜੋੜਦੇ ਸਨ। ਉਹਨਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਸੀ ਨਵੇਂ ਜੰਮੇ ਸਿੱਖੀ ਦੇ ਬੂਟੇ ਨੂੰ, ਜਿਸ ਦਾ ਬੀਜ ਗੁਰੂ ਨਾਨਕ ਸਾਹਿਬ ਬੋ ਗਏ ਸੀ, ਉਸ ਨੂੰ ਸੰਭਾਲਣਾ ਅਤੇ ਗੁਰੂ ਸੰਤਾਨਾਂ, ਸੰਨਿਆਸੀਆਂ, ਯੋਗੀਆਂ, ਬ੍ਰਾਹਮਣਾਂ ਅਤੇ ਸਮੇਂ ਦੇ ਹੁਕਮਰਾਨਾਂ ਤੋਂ ਇਸ ਨੂੰ ਬਚਾਉਣਾ। ਲੰਗਰ ਦੀ ਪ੍ਰਥਾ ਜੋ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤੀ ਸੀ ਮੁੜ ਕੇ ਚਾਲੂ ਹੋ ਗਈ। ਮਾਤਾ ਖੀਵੀ ਜੀ ਨੂੰ ਲੰਗਰ ਦੀ ਸੇਵਾ ਸੰਭਾਲ ਦੀ ਜ਼ਿੰਮੇਦਾਰੀ ਦੇ ਦਿੱਤੀ, ਜਿਸ ਨਾਲ ਇਸਤਰੀ ਜਾਤ ਦਾ ਮਾਣ ਸਤਿਕਾਰ ਵਧਿਆ। ਮਾਤਾ ਖੀਵੀ ਜੀ ਦਾ ਸਭ ਨਾਲ ਇੱਕੋ ਜਿਹਾ ਵਰਤਾਰਾ, ਮਿੱਠਾ ਬੋਲਣਾ, ਗਰੀਬ ਗੁਰਬੇ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਨਾਲ ਆਮ ਜਨਤਾ ਅਤੇ ਸਿੱਖੀ ਦਾ ਰਿਸ਼ਤਾ ਬਹੁਤ ਮਜ਼ਬੂਤ ਹੋ ਗਿਆ। ਮਾਤਾ ਖੀਵੀ ਜੀ ਜਦ ਕਿਸੇ ਬਹੁਤ ਗਰੀਬ ਜਾਂ ਲੋੜਵੰਦ ਨੂੰ ਲੰਗਰ ਵਿੱਚ ਬੈਠੇ ਦੇਖਦੇ ਤਾਂ ਚੁੱਪ ਚਾਪ ਉਹਨਾਂ ਦੀ ਜੇਬ ਵਿੱਚ ਪੈਸੇ ਪਾ ਦਿੰਦੇ। ਗਰੀਬ ਗੁਰਬੇ ਅਤੇ ਜਵਾਨਾਂ ਦੀ ਸਿਹਤ ਦਾ ਖਿਆਲ ਕਰਕੇ ਲੰਗਰ ਵਿੱਚ ਦੁੱਧ, ਘਿਓ ਅਤੇ ਖੀਰ ਦੀ ਵਰਤੋਂ ਹੋਣ ਲੱਗ ਪਈ। ਗੁਰੂ ਜੀ ਸਵਾ ਪਹਿਰ ਜਾਗਦੇ
ਇਸ਼ਨਾਨ ਤੋਂ ਉਪਰੰਤ ਸਮਾਧੀ ਵਿੱਚ ਲੀਨ ਹੋ ਜਾਂਦੇ। ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਅਤੇ ਗੁਰਬਾਣੀ ਦਾ ਉਪਦੇਸ਼ ਦੇ ਕੇ ਸੰਗਤਾਂ ਨੂੰ ਨਿਹਾਲ ਕਰਦੇ। ਗੁਰੂ ਸਾਹਿਬ ਨੇ 63 ਸਲੋਕ ਰਚੇ ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸਮੇਂ ਵੱਖ ਵੱਖ ਵਾਰਾਂ ਵਿੱਚ ਨਗੀਨਿਆਂ ਵਾਂਗੂ ਜੜ ਦਿੱਤੇ ਅਤੇ ਪੌੜੀਆਂ ਨਾਲ ਸ਼ਿੰਗਾਰੇ। 15 ਸਲੋਕ ਆਸਾ ਦੀ ਵਾਰ, 12 ਵਾਰ ਮਾਝ, 11 ਵਾਰ ਸੂਹੀ, 9 ਵਾਰ ਸਾਰੰਗ ਅਤੇ 16 ਹੋਰ ਰਾਗਾਂ ਵਿੱਚ ਦਰਜ ਹਨ, ਜੋ ਆਪ ਜੀ ਦੀ ਰਚੀ ਬਾਣੀ ਦਾ ਨਿਚੋੜ ਹੈ। 4 ਲਾਵਾਂ ਅਤੇ ਸ਼ਬਦ ਦੇ ਆਸ ਪਾਸ ਫੇਰੇ, ਜਨਮ ਮਰਨ ਵੇਲੇ ਗੁਰਬਾਣੀ ਦਾ ਪਾਠ, ਖੁਸ਼ੀ ਗਮੀ ਦੇ ਸਾਰੇ ਕਾਰਜ, ਗੁਰਦੁਆਰੇ ਕਰਨ ਦੀ ਪ੍ਰਥਾ ਨੇ ਸਿੱਖੀ ਨੂੰ ਆਪਣੀ ਅਲੱਗ ਪਹਿਚਾਣ ਦਿੱਤੀ। ਮਰਨ ਵੇਲੇ ਮਰੇ ਪ੍ਰਾਣੀ ਦੀਆਂ ਅਸਥੀਆਂ ਜਾਂ ਉਸਦੇ ਨਿਮਿੱਤ ਦਾਨ ਕਰਨੇ, ਪਿੱਤਰਾਂ ਨੂੰ ਪਾਣੀ ਦੇਣਾ, ਸ਼ਰਾਧ ਕਰਨੇ ਆਦਿ ਦਾ ਖੰਡਨ ਕੀਤਾ। ਬਾਣੀ ਰਹਿਤ ਜਾਤ ਪਾਤ ਦਾ ਭੇਦਭਾਵ ਮਿਟਾ ਕੇ ਇੱਕ ਅਕਾਲ ਪੁਰਖ ਨੂੰ ਸਿਮਰਨ ਦਾ ਉਪਦੇਸ਼ ਦਿੱਤਾ। ਅਨੇਕਾਂ ਹੀ ਸਿੱਖ ਗੁਰੂ ਜੀ ਕੋਲ ਚੱਲ ਕੇ ਆਉਂਦੇ ਸੀ। ਇੱਕ ਸੇਵਕ ਸੰਗਤ ਦੇ ਵਿੱਚ ਰਹਿੰਦਾ ਸੀ, ਉਹ ਕਿਹਾ ਮੰਨ ਕੇ ਸੇਵਾ ਨਹੀਂ ਸੀ ਕਰਦਾ, ਕਿਸੇ ਦੇ ਕਹਿਣ ਉੱਤੇ ਵੀ ਸੇਵਾ ਨਹੀਂ ਸੀ ਕਰਦਾ। ਕਾਫੀ ਸਮੇਂ ਤੱਕ ਉਸਨੇ ਐਸੀ ਬੁੱਧੀ ਬਣਾਈ ਰੱਖੀ, ਜੋ ਗੁਰੂ ਜੀ ਕਹਿੰਦੇ ਸਨ ਉਹ ਕੰਮ ਕਰਦਾ ਸੀ, ਹੋਰ ਕਿਸੇ ਦੇ ਬਚਨ ਵੱਲ ਕੰਨ ਨਹੀਂ ਸੀ ਧਰਦਾ। ਉੱਥੇ ਰਹਿੰਦਿਆਂ ਉਸਨੂੰ ਕਾਫੀ ਸਮਾਂ ਹੋ ਗਿਆ। ਇੱਕ ਦਿਨ ਬਾਬਾ ਬੁੱਢਾ ਜੀ ਨੇ ਬਚਨ ਕਹੇ, ਗੁਰੂ ਜੀ ਦੀ ਸੰਗਤ ਵਿੱਚ ਰਹਿਣ ਵਿੱਚ ਹੀ ਭਲਾ ਹੈ, ਭਜਨ ਅਤੇ ਸੇਵਾ ਕਰਕੇ ਸਮਾਂ ਬਿਤਾਓ, ਇਹ ਵਿਹਲੜ ਸਰੀਰ ਕਿਸ ਕੰਮ ਆਉਣਾ ਹੈ। ਜਦ ਤੇਰੀ ਮ੍ਰਿਤਯੂ ਹੋ ਜਾਏਗੀ ਤਾਂ ਤੇਰੇ ਸਰੀਰ ਨੂੰ ਕੋਈ ਛੂਏਗਾ ਵੀ ਨਹੀਂ। ਉਹ ਸੇਵਕ ਕਹਿਣ ਲੱਗਾ, ਜਦ ਗੁਰੂ ਜੀ ਬਚਨ ਕਰਨਗੇ ਅਤੇ ਜਿਵੇਂ ਵੀ ਕਹਿਣਗੇ ਤਾਂ ਮੈਂ ਉਸ ਤਰ੍ਹਾਂ ਹੀ ਸੇਵਾ ਕਰਾਂਗਾ, ਮੈਂ ਹੋਰ ਕਿਸੇ ਦਾ ਕਿਹਾ ਨਹੀਂ ਮੰਨਾਂਗਾ, ਮੇਰੇ ਮਨ ਦਾ ਇਹ ਨਿਸ਼ਚਾ ਹੈ। ਫਿਰ ਬਹੁਤ ਸਮਾਂ ਬੀਤ ਗਿਆ। ਇੱਕ ਦਿਨ ਉਹ ਗੁਰੂ ਜੀ ਨੂੰ ਕਹਿਣ ਲੱਗਾ, ਕਈ ਦਿਨਾਂ ਤੋਂ ਮੈਂ ਅਭਿਲਾਸ਼ਾ ਕਰ ਰਿਹਾ ਹਾਂ, ਆਪ ਜੀ ਨੇ ਆਪਣੇ ਮੁੱਖ ਤੋਂ ਸੇਵਾ ਨਹੀਂ ਕਹੀ ਹੈ। ਤਦ ਬੇਪਰਵਾਹ ਗੁਰੂ ਜੀ ਨੇ ਬਚਨ ਕੀਤੇ, ਅੱਗ ਵਿੱਚ ਸੜ ਜਾਓ, ਇਹੋ ਹੀ ਸੇਵਾ ਹੈ। ਇਹ ਆਗਿਆ ਸੁਣ ਕੇ ਉਹ ਜੰਗਲ ਦੇ ਵਿੱਚ ਚਲਾ ਗਿਆ। ਉੱਥੇ ਉਸਨੇ ਸੁੱਕੀਆਂ ਲੱਕੜਾਂ ਇਕੱਠੀਆਂ ਕੀਤੀਆਂ, ਪਰ ਜਦ ਅੱਗ ਬਲੀ ਤਾਂ ਅੱਗ ਦੀਆਂ ਲਾਟਾਂ ਨੂੰ ਵੇਖ ਕੇ ਡਰ ਗਿਆ, ਗੁਰੂ ਜੀ ਦੇ ਬਚਨਾਂ 'ਤੇ ਨਾ ਟਿਕਿਆ। ਉੱਧਰੋਂ ਇੱਕ ਚੋਰ ਉੱਥੇ ਚੋਰੀ ਦਾ ਮਾਲ ਲੈ ਕੇ ਜਾ ਰਿਹਾ ਸੀ, ਉਹ ਵੀ ਉਸ ਸਮੇਂ ਉੱਥੇ ਆ ਗਿਆ। ਇਹ ਅਸਚਰਜ ਘਟਨਾ ਵੇਖ ਕੇ ਉਹ ਪੁੱਛਣ ਲੱਗਾ, ਇੱਥੇ ਖੜ੍ਹਾ ਕੀ ਕਰ ਰਿਹਾ ਹੈ? ਉਹ ਕਹਿਣ ਲੱਗਾ, ਮੈਨੂੰ ਗੁਰੂ ਜੀ ਨੇ ਬਚਨ ਕੀਤੇ ਹਨ, ਜਾ ਕੇ ਅੱਗ ਵਿੱਚ ਸੜ ਜਾਓ, ਪਰ ਮੈਥੋਂ ਹੁਣ ਸੜਿਆ ਨਹੀਂ ਜਾਂਦਾ ਹੈ। ਉਸਦੇ ਗਰਭ ਨੂੰ ਨਾਸ਼ ਕਰਨ ਖਾਤਰ ਚੋਰ ਸੁਚੇਤ ਹੋ ਕੇ ਬੋਲਿਆ, ਮੈਂ ਬਹੁਤ ਪਾਪ ਕੀਤੇ ਹਨ, ਇੱਥੇ ਸੜਨ ਨਾਲ ਸਭ ਪਾਪ ਦੂਰ ਹੋ ਜਾਣਗੇ, ਕਿਉਂਕਿ ਇਹ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਮੁੱਖ ਤੋਂ ਉਚਾਰਿਆ ਹੋਇਆ ਬਚਨ ਸੀ। ਸੋ ਚੋਰ ਨੇ ਸਿੱਖ ਨੂੰ ਕਿਹਾ, ਮੇਰੇ ਪਾਸੋਂ ਹੁਣ ਸਾਰਾ ਧਨ ਲੈ ਲਓ ਅਤੇ ਸਤਿਗੁਰੂ ਦਾ ਵਾਕ ਮੈਨੂੰ ਮੁੱਲ ਦੇ ਦਿਓ। ਇਹ ਸੁਣ ਕੇ ਸੇਵਕ ਲਾਲਚ ਵਿੱਚ ਆ ਗਿਆ ਅਤੇ ਉਸਨੇ ਧਨ ਲੈ ਲਿਆ ਅਤੇ ਚੋਰ ਨੇ ਉਸ ਬਲਦੀ ਹੋਈ ਅੱਗ ਵਿੱਚ ਛਾਲ ਮਾਰਤੀ ਅਤੇ ਅੱਗ ਵਿੱਚ ਸੜ ਕੇ ਗੁਰੂ ਜੀ ਦੇ ਬਚਨ ਨੂੰ ਸਫਲ ਕਰ ਲਿਆ। ਸੱਚਖੰਡ ਤੋਂ ਬੇਬਾਨ ਚੱਲ ਕੇ ਆਇਆ, ਬੜੇ ਆਦਰ ਨਾਲ ਕਹਿ ਕੇ ਤੁਰੰਤ ਉਸ ਵਿੱਚ ਉਸਨੂੰ ਚੜ੍ਹਾ ਲਿਆ। ਅਨੰਤ ਸੁੱਖ ਵਿੱਚ ਜਾ ਕੇ ਰਹਿ ਰਿਹਾ ਹੈ। ਗੁਰੂ ਦੇ ਬਚਨਾਂ ਕਰਕੇ ਪਾਪੀ ਦੇਹ ਦੇ ਸਾਰੇ ਪਾਪ ਨਾਸ਼ ਹੋ ਗਏ ਹਨ। ਲੋਭ ਧਾਰਨ ਕਰਕੇ ਸਿੱਖ ਆਪਣੇ ਘਰ ਨੂੰ ਚਲਾ ਗਿਆ। ਲੋਕਾਂ ਨੇ ਉਸਨੂੰ ਚੋਰ ਸਮਝ ਕੇ ਫੜ ਲਿਆ, ਕੋਤਵਾਲ ਦੇ ਅੱਗੇ ਪੇਸ਼ ਕੀਤਾ। ਉਸਨੇ ਵੇਖਦਿਆਂ ਹੀ ਕਿਹਾ, ਇਸ ਪਾਸੋਂ ਸਾਰਾ ਮਾਲ ਖੋ ਲਓ ਅਤੇ ਇਸ ਨੂੰ ਫੌਰਨ ਫਾਂਸੀ ਦੇ ਦਿਓ। ਹੁਕਮ ਮੰਨ ਕੇ ਉਸਨੂੰ ਫਾਂਸੀ ਦੇ ਦਿੱਤੀ ਗਈ। ਮੂਰਖ ਧਰਮ ਤੋਂ ਹੀਣਾ ਹੋ ਕੇ ਮਾਰਿਆ ਗਿਆ। ਜਿਹੜੇ ਗੁਰੂ ਜੀ ਦੇ ਬਚਨਾਂ 'ਤੇ ਪ੍ਰਤੀਤ ਕਰਦੇ ਹਨ ਉਹਨਾਂ ਨੂੰ ਉੱਚੀ ਪਦਵੀ ਮਿਲਦੀ ਹੈ। ਵਿਸ਼ਾਲ ਲੋਭ ਕਰਕੇ ਜਿਹੜੇ ਗੁਰੂ ਜੀ ਦੇ ਵਾਕ ਛੱਡ ਦਿੰਦੇ ਹਨ ਉਹਨਾਂ ਦਾ ਤੁਰੰਤ ਕਾਲ ਹੋ ਜਾਂਦਾ ਹੈ ਅਤੇ ਉਹ ਨਰਕਾਂ ਵਿੱਚ ਚਲੇ ਜਾਂਦੇ ਹਨ। ਗੁਰੂ ਸੰਤ ਤੋਂ ਉਹੀ ਗੁਰਮੁਖ ਲਾਭ ਪ੍ਰਾਪਤ ਕਰਦੇ ਹਨ ਜਿਹੜੇ ਆਪਣੀ ਮਤ ਵਿੱਚ ਦ੍ਰਿੜ ਹਨ। ਮਨਮੁਖ ਚੰਚਲ ਸਿੱਖ ਨੂੰ ਸਿੱਖੀ ਉਲਟੀ ਹੀ ਪੈਂਦੀ ਹੈ। ਸਤਿਗੁਰੂ ਜੀ ਦੇ ਬਚਨ ਦੀ ਮਹਿਮਾ ਪ੍ਰਤੱਖ ਤੌਰ 'ਤੇ ਪ੍ਰਮਾਣਿਤ ਕਰਕੇ ਵੇਖੋ।
ਬੇਮੁਖ ਸਿੱਖ ਨੂੰ ਫਾਂਸੀ ਹੋਈ ਅਤੇ ਚੋਰ ਨੂੰ ਸੱਚਖੰਡ ਦੀ ਪ੍ਰਾਪਤੀ ਹੋ ਗਈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ, ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।